ਦੇ ਸਟੂਡੈਂਟਸ ਵੈਲਕਮ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪੀਐਸਟੈਟ ਦੀ ਜਿਹੜੀ ਸੈਕੰਡ ਲੈਂਗੁਏਜ ਇੰਗਲਿਸ਼ ਉਹਦੇ ਨਾਲ ਰਿਲੇਟਡ ਜਿਹੜੇ ਐਮਸੀਕਿਊ ਨੂੰ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ ਕੁਝ ਜਿਹੜੇ ਐਮਸੀਕਿਊ ਨੇ ਇਸ ਤਰ੍ਹਾਂ ਦੇ ਨੇ ਜਿਹੜੇ ਕਿ ਪੁਰਾਣੇ ਜਿਹੜੇ ਪੇਪਰ ਹੋਏ ਹੋਏ ਆ ਉਹਨਾਂ ਦੇ ਵਿੱਚ ਵੀ ਇਹਦੇ ਵਿੱਚੋਂ ਕੁਐਸਚਨ ਆਏ ਨੇ ਸੋ आवर ਫਰਸਟ ਕੁਐਸਚਨ ਇਜ਼ ਇਨ ਦਾ ਟੀਚਿੰਗ ਲਰਨਿੰਗ ਆਫ ਇੰਗਲਿਸ਼ ਦਾ ਮੇਨ ਸਕਿਲਸ ਆਰ ਜਦੋਂ ਇੰਗਲਿਸ਼ ਨੂੰ ਟੀਚ ਕਰਨਾ ਹੈ ਜਾਂ ਅਸੀਂ ਬੱਚੇ ਨੂੰ ਸਿਖਾਉਣਾ ਹੈ ਤਾਂ ਉਹਦੇ ਵਿੱਚ ਜਿਹੜੀਆਂ ਮੇਨ ਸਕਿਲਸ ਨੇ ਉਹ ਕਿਹੜੀਆਂ-ਕਿਹੜੀਆਂ ਨੇ ਲਿਸਨਿੰਗ ਸਪੀਕਿੰਗ ਰੀਡਿੰਗ ਐਂਡ ਰਾਈਟਿੰਗ ਜਿਵੇਂ ਕਿ ਬਾਕੀ ਲੈਂਗੁਏਜ ਨੇ ਉਹਦੇ ਵਿੱਚ ਵੀ ਚਾਰੋਂ ਸਕਿੱਲਸ ਇੰਪੋਰਟੈਂਟ ਨੇ ਇਸੇ ਤਰੀਕੇ ਨਾਲ ਇੰਗਲਿਸ਼ ਦੇ ਵਿੱਚ ਵੀ ਇਹ ਸਾਰੀਆਂ ਸਕਿੱਲਸ ਇੰਪੋਰਟੈਂਟ ਨੇ ਸੋ ਦਾ ਰਾਈਟ ਆਨਸਰ ਇਜ਼ ਡੀ 올 ਦਾ ਅਬਵ ਦਾ ਵਰਬਲ ਇੰਟਰੈਕਸ਼ਨ ਅਮੰਗ ਪੀਪਲ ਟੇਕਸ ਪਲੇਸ ਥਰੂ ਹੁਣ ਜਿਹੜੀ ਵਰਬਲ ਇੰਟਰੈਕਸ਼ਨ ਮੀਨਸ ਦੋ ਜਾਂ ਦੋ ਤੋਂ ਜ਼ਿਆਦਾ ਜਿਹੜੇ ਲੋਕ ਜਿਹੜੇ ਆਪਸ ਵਿੱਚ ਗੱਲਬਾਤ ਕਰਦੇ ਨੇ ਤਾਂ ਉਹਦੇ ਵਿੱਚ ਪੀਪਲ ਨੇ ਜਿਹੜੇ ਜਦੋਂ ਗੱਲਬਾਤ ਕਰਦੇ ਨੇ ਤਾਂ ਸਪੀਕਿੰਗ ਤੇ ਲਿਸਨਿੰਗ ਦੋਨੋਂ ਚੀਜ਼ਾਂ ਨੂੰ ਵਰਤਦੇ ਨੇ ਮੀਨਸ ਕੁਝ ਲੋਕ ਸੁਣਦੇ ਐ ਤੇ ਕੁਝ ਲੋਕ ਬੋਲਦੇ ਐ ਇਸ ਕਰਕੇ ਰਾਈਟ ਆਪਸ਼ਨ ਸੀ ਇਹਦੇ ਵਿੱਚ ਸਪੀਕਿੰਗ ਤੇ ਲਿਸਨਿੰਗ ਦੋਨੋਂ ਸ਼ਾਮਿਲ ਨੇ ਦਾ ਲਿਸਨਿੰਗ ਸਕਿੱਲ ਇਜ਼ ਦਾ ਕਾਉਂਟਰਪਾਰਟ ਆਫ ਹੁਣ ਜਿਹੜੀ ਲਿਸਨਿੰਗ ਸਕਿੱਲ ਆ ਉਹ ਕਿਸ ਚੀਜ਼ ਦਾ ਕਾਉਂਟਰਪਾਰਟ ਹੈ ਸਪੀਚ ਦਾ ਦਾ ਸਾਊਂਡ ਮੇਕਸ ਸੈਂਸ অর ਮੀਨਿੰਗ ਹੁਣ ਜਿਹੜੀ ਸਾਊਂਡ ਹੈ ਉਹ ਕਿਸੇ ਵੀ ਤਰ੍ਹਾਂ ਦੀ ਜੋ ਮੂੰਹ ਦੇ ਵਿੱਚੋਂ ਕੱਢੀ ਜਾਂਦੀ ਐ ਜਦੋਂ ਬੋਲਦੇ ਆ ਤਾਂ ਮੀਨਿੰਗਫੁਲ ਜਾਂ ਸੈਂਸ ਭਰਪੂਰ ਕਿਵੇਂ ਬਣਦੀ ਹੈ ਬਾਏ 멘ਟਲ ਆਰਗਨਾਈਜੇਸ਼ਨ ਲਿਸਨਿੰਗ ਸਕਿਲ ਇਜ਼ ਦਾ ਬੇਸਿਸ ਆਫ ਗੁੱਡ ਲਰਨਿੰਗ ਆਫ ਅ ਹੁਣ ਜਿਹੜੀ ਲਿਸਨਿੰਗ ਸਕਿਲ ਹੈ ਉਹ ਕਿਸ ਚੀਜ਼ ਦਾ ਆਧਾਰ ਹੈ ਗੁੱਡ ਲਰਨਿੰਗ ਆਫ ਅ ਲੈਂਗੁਏਜ ਦੇਖੋ ਗੁੱਡ ਲਰਨਿੰਗ ਆਫ ਲੈਂਗੁਏਜ ਮੀਨਸ ਭਾਸ਼ਾ ਦਾ ਲੈਂਗੁਏਜ ਦਾ ਚੰਗੀ ਤਰ੍ਹਾਂ ਸਿੱਖਣਾ ਕਦੋਂ ਸਿੱਖ ਸਕਦੇ ਆਂ ਸੀ ਜਦੋਂ ਜਿਹੜੀ ਲਿਸਨਿੰਗ ਸਕਿਲ ਹੈ ਉਹ ਵਧੀਆ ਹੋਏਗੀ ਸਾਡੀ ਇਸ ਕਰਕੇ ਲਿਸਨਿੰਗ ਸਕਿਲ is the basis of good learning of a language in the most society spoken languages hun jehdi koi bhi society hai oh de vich ki hai spoken language primary hundi hai modli main teaching skills are hun main jehdi teaching skills ne means padhan de jehde kashal ne oh kehde kehde ne pehla hai reproduction techniques dusra hai role playing tisra hai by showing a film ਦੇ ਇਹਦੇ ਵਿੱਚ ਤਿੰਨੋ ਹੀ ਸ਼ਾਮਿਲ ਨੇ রাইਟ অপਸ਼ਨ ਇਜ਼ ਡੀ ਇੰਡੀਅਨ ਲੈਂਗੁਏਜ ਫਾਲੋਸ ਦਾ ਹੁਣ ਜਿਹੜੀ ਸੌਰੀ ਇੰਡੀਅਨ ਇੰਗਲਿਸ਼ ਫਾਲੋਸ ਦਾ ਹੁਣ ਜੋ ਇੰਡੀਆ ਦੇ ਵਿੱਚ ਇੰਗਲਿਸ਼ ਬੋਲੀ ਜਾਂਦੀ ਹੈ ਉਹ ਕਿਹਨੂੰ ਫਾਲੋ ਕਰਦੀ ਹੈ ਬ੍ਰਿਟਿਸ਼ ਇੰਗਲਿਸ਼ ਨੂੰ ਬ੍ਰਿਟਿਸ਼ ਇੰਗਲਿਸ਼ ਨੂੰ ਦਾ ਗ੍ਰਾਮਰ ਕੈਨ ਬੀ ਡਿਵਾਈਡਡ ਇਨਟੂ ਜਿਹੜੀ ਇੰਗਲਿਸ਼ ਗ੍ਰਾਮਰ ਹੈ ਉਹ ਕਿੰਨੇ ਪਾਰਟਸ ਦੇ ਵਿੱਚ ਡਿਵਾਈਡ ਕੀਤੀ ਜਾ ਸਕਦੀ ਹੈ 5 ਪਾਰਟਸ ਦੇ ਵਿੱਚ ਨੈਕਸਟ ਹੈ ਕੰਪੋਜੀਸ਼ਨ ਕੈਨ ਬੀ ਡਿਵਾਈਡਡ ਇਨਟੂ ਹੁਣ ਜਿਹੜੀ ਕੰਪੋਜੀਸ਼ਨ ਹੈ ਜਿਵੇਂਸੀਂ ਕਹਿੰਨੇ ਵੀ ਕੋਈ ਪੈਰਾ ਕੰਪੋਜੀਸ਼ਨ ਤਾਂ ਉਹ ਕਿੰਨੇ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਜਾ ਸਕਦਾ ਹੈ 2 ਪਾਰਟਸ ਰਿਟਨ ਕੰਪੋਜੀਸ਼ਨ ਇਜ਼ ਹੈਲਪਫੁਲ ਇਨ ਡਿਵੈਲਪਿੰਗ ਦਾ ਰਾਈਟਿੰਗ ਐਬਿਲਿਟੀ ਆਫ ਦਾ ਹੁਣ ਜਿਹੜੀ ਰਿਟਨ ਸੋਰੀ ਕੰਪੋਜੀਸ਼ਨ ਹੈ ਉਹ ਹੈਲਪਫੁਲ ਹੈ ਇਨ ਡਿਵੈਲਪਿੰਗ ਦਾ ਰਾਈਟਿੰਗ ਐਬਿਲਿਟੀ ਹੁਣ ਕਿੰਨਾ ਦੀ ਰਾਈਟਿੰਗ ਐਬਿਲਿਟੀ ਅਸੀਂ ਡਿਵੈਲਪ ਕਰਨੀ ਹੈ ਸਟੂਡੈਂਟਸ ਦੀ ਇਸ ਕਰਕੇ ਰਾਈਟ অপਸ਼ਨ ਇਜ਼ ਬੀ ਇੰਗਲਿਸ਼ ਇਜ਼ ਅ ਡੈਸ਼ ਲੈਂਗੁਏਜ ਹੁਣ ਇੰਗਲਿਸ਼ ਕਿਸ ਤਰ੍ਹਾਂ ਦੀ ਲੈਂਗੁਏਜ ਹੈ ਪ੍ਰੋਗਰੈਸਿਵ ਪ੍ਰੋਗਰੈਸਿਵ ਮੀਨਸ ਜਿਹੜੀ ਕਿ ਹੋਰ ਪ੍ਰੋਗਰੈਸ ਕਰ ਰਹੀ ਹੈ ਤੇਨੇ ਪ੍ਰੋਗਰੈਸ ਕੀਤੀ ਵੀ ਹੈ ਮੀਨਸ ਕਿ ਜਿੱਦਾਂ ਅਸੀਂ ਕਹਿੰਦੇ ਹਾਂ ਕਿ ਪੂਰੇ ਵਰਲਡ ਦੇ ਵਿੱਚ ਜਿਹੜੀ ਇੰਗਲਿਸ਼ ਹੈ ਉਹ ਇੱਕ ਐਜ਼ ਅ ਕਮਿਊਨੀਕੇਸ਼ਨ ਇਹ ਵਰਕ ਕਰਦੀ ਹੈ ਲੈਂਗੁਏਜ ਇਜ਼ ਅ ਪਾਵਰਫੁਲ ਫਾਰਮ ਆਫ ਐਕਸਪ੍ਰੈਸ਼ਨ ਹੁਣ ਜਿਹੜੀ ਲੈਂਗੁਏਜ ਹੈ ਉਹ ਪਾਵਰਫੁਲ ਫਾਰਮ ਹੈ ਕਿਸ ਚੀਜ਼ ਦੀ ਐਕਸਪ੍ਰੈਸ਼ਨ ਦੀ ਕਿਉਂਕਿ ਅਸੀਂ ਲੈਂਗੁਏਜ ਦੇ ਨਾਲ ਹੀ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕਦੇ ਹਾਂ ਲੈਂਗੁਏਜ ਐਗਜ਼ਿਸਟਸ ਇਨ ਹੁਣ ਜਿਹੜੀ ਲੈਂਗੁਏਜ ਹੈ ਭਾਸ਼ਾ ਉਹ ਕਿੱਥੇ ਐਗਜ਼ਿਸਟ ਕਰਦੀ ਹੈ ਕਿੱਥੇ ਉਹਦੀ ਹੁੰਦਾ ਹੈ ਸੋਸਾਇਟੀ ਦੇ ਵਿੱਚ ਨੈਕਸਟ ਹੈ ਲੈਂਗੁਏਜ ਇਜ਼ ਲੈਂਗੁਏਜ ਡਾਇਨਾਮਿਕ ਵੀ ਹੈ चेंजिंग भी है इवॉलविंग भी है इस करके राइट ऑप्शन है डी ऑल द अबव नेक्स्ट क्वेश्चन लैंग्वेज इज द रिजल्ट ऑफ प्रैटिंग ऑफ मैन विच थ्यूरी सेज सो हम लैंग्वेज की है इज द रिजल्ट ऑफ प्रैटिंग ऑफ मैन बबल लॉक थ्यूरी यू शुड नॉट इंडल्स डैश आइडियल टॉक्स यू शुड नॉट इंडल्स ऑन आइडियल टॉक्स ਮੀਨ ਤੁਹਾਨੂੰ ਜਿਹੜੀਆਂ ਇਹ ਇੰਡਲਸ ਮੀਨਸ ਧਿਆਨ ਨਹੀਂ ਦੇਣਾ ਚਾਹੀਦਾ ਆਈਡੀਅਲ ਟਾਕਸ ਦੇ ਉੱਪਰ ਸ਼ੀ ਇਜ਼ ਹੋਪਫੁਲ ਡੈਸ਼ ਹਰ ਸਕਸੈਸ ਇਨ ਦਾ ਆਈਏ ਐਗਜ਼ਾਮੀਨੇਸ਼ਨ ਸ਼ੀ ਇਜ਼ ਹੋਪਫੁਲ ਫॉर ਹਰ ਸਕਸੈਸ ਫॉर ਮੀਨਸ ਲਈ ਉਹ ਆਪਣੀ ਸਕਸੈਸ ਦੇ ਲਈ ਹੋਪਫੁਲ ਹੈ ਨੈਕਸਟ ਹੈ ਬਾਇਲਿੰਗੁਅਲ ਮੈਥਡ ਇਜ਼ ਰੀਸੈਂਟਲੀ ਡਿਵਾਈਸਡ ਬਾਏ ਹੁਣ ਜਿਹੜਾ ਬਾਇਲਿੰਗੁਅਲ ਮੈਥਡ ਹੈ ਇੰਗਲਿਸ਼ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ ਉਹ ਕਿਹਦੇ ਦੁਆਰਾ ਡਿਵਾਈਸ ਕੀਤਾ ਗਿਆ ਪ੍ਰੋਫੈਸਰ ਸੀ ਜੇ ਡਾਟ ਸੰਦੇ ਦੁਆਰਾ ਨੈਕਸਟ ਹੈ ਆਡੀਓ ਵਿਜ਼ੂਅਲ ਏਡਸ ਕੈਨ ਬੀ ਡਿਵਾਈਡਡ ਇਨਟੂ ਹੁਣ ਜਿਹੜੀਆਂ ਆਡੀਓ ਵਿਜ਼ੂਅਲ ਏਡਸ ਨੇ ਉਹ ਕਿੰਨੀਆਂ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤੀਆਂ ਜਾ ਸਕਦੀਆਂ ਨੇ 3 ਕੈਟਾਗਰੀ ਦੇ ਵਿੱਚ ਦਾ ਮੋਸਟ ਸੂਟੇਬਲ ਐਂਡ ਇਫੈਕਟਿਵ ਆਡੀਓ ਵਿਜ਼ੂਅਲ ਏਡਸ ਇਹਦੇ ਵਿੱਚ ਹੈ অপਸ਼ਨ ਇਹਦੇ ਵਿੱਚ ਟੀਚਰ ਦਿੱਤਾ ਗਿਆ ਬਟ ਕੁਐਸਚਨ ਦੇ ਅਕੋਰਡਿੰਗ ਸਹੀ ਨਹੀਂ ਬਣ ਰਿਹਾ ਦਾ ਮੋਸਟ ਸੂਟੇਬਲ ਐਂਡ ਇਫੈਕਟਿਵ ਆਡੀਓ ਵਿਜ਼ੂਅਲ ਮੀਨਸ most suitable the effective audio visual aid ਕਿਹੜੀ ਹੈ ਇਹ ਤਾਂ ਹੋ ਸਕਦਾ ਵੀ ਕਿਹਦੇ ਦੌਰ ਆ ਯੂਜ਼ ਕੀਤੀ ਜਾਂਦੀ ਹੈ ਬਾਏ ਟੀਚਰ ਇਹ ਦਾ ਜਿਹੜਾ ਆਨਸਰ ਆ ਉਹ ਇਸ ਤਰੀਕੇ ਨਾਲ ਬਣ ਸਕਦਾ ਹੈ ਸਲਾਈਡਸ ਆਰ ਯੂਸਫੁਲ ਫਾਰ ਟੀਚਿੰਗ ਆਫ ਹੁਣ ਜਿਹੜੀਆਂ ਸਲਾਈਡਸ ਨੇ ਉਹ ਕਿਸ ਤਰ੍ਹਾਂ ਦੀ ਟੀਚਿੰਗ ਦੇ ਲਈ ਯੂਜ਼ ਕੀਤੇ ਜਾਂਦੇ ਨੇ ਰਿਟਨ ਕੰਪੋਜੀਸ਼ਨ ਦੇ ਲਈ ਨੈਕਸਟ ਹੈ ਪੋਇਟਰੀ ਪ੍ਰੋਵਾਈਡਸ ਰੀਡਿੰਗ ਪਲੇਜ਼ ਟੂ ਹੁਣ ਜਿਹੜੀ ਪੋਇਟਰੀ ਹੈ ਕਵਿਤਾ ਜਦੋਂ ਪੜ੍ਹੀ ਜਾਂਦੀ ਹੈ ਉਹ pleasure means ਖੁਸ਼ੀ ਦਿੰਦੀ ਹੈ ਕਿੰਨਾ ਨੂੰ ਖੁਸ਼ੀ ਦਿੰਦੀ ਹੈ ਚਿਲड्रनਸ ਨੂੰ ਬੱਚਿਆਂ ਨੂੰ the teacher should pre plan his lesson ਹੁਣ ਜਿਹੜਾ ਟੀਚਰ ਹੈ ਉਹਨੂੰ ਆਪਣਾ ਜਿਹੜਾ ਲੈਸਨ ਹੈ ਉਹ ਪ੍ਰੀ ਪਲਾਨ ਕਰਨਾ ਚਾਹੀਦਾ ਹੈ ਕਦੋਂ एवरीडे ਹਰ ਰੋਜ਼ ਟੂ ਡਵੈਲਪ ਦਾ ਹੈਬਿਟ ਆਫ ਫਰੀ ਥਿੰਕਿੰਗ ਅਮੰਗ ਦਾ ਹੁਣ ਜੇ ਬੱਚਿਆਂ ਦੇ ਵਿੱਚ ਅਸੀਂ ਕੀ ਡਵੈਲਪ ਕਰਨਾ ਹੈ ਹੈਬਿਟ ਆਫ ਫਰੀ ਥਿੰਕਿੰਗ ਕਿ ਜਿਹੜੇ ਬੱਚੇ ਨੇ ਉਹ ਉਹਨਾਂ ਦੀ ਜਿਹੜੀ ਥਿੰਕਿੰਗ ਹੈ ਫਰੀ ਸੁਤੰਤਰ ਇੰਡੀਪੈਂਡੈਂਟਲੀ ਉਹ ਸੋਚ ਸਕਣ ਕਿੰਨਾ ਦੀ ਸਟੂਡੈਂਟਸ ਦੀ ਨੈਕਸਟ ਹੈ ਇੰਡਕਟਿਵ ਐਂਡ ਡਿਡਕਟਿਵ ਮੈਥਡ ਇਜ਼ ਸੂਟੇਬਲ ਓਨਲੀ ਐਟ ਦਾ ਹੁਣ ਜਿਹੜਾ ਇੰਡਕਟਿਵ ਤੇ ਡਿਡਕਟਿਵ ਮੈਥਡ ਹੈ ਪੜ੍ਹਾਉਣ ਦਾ ਬੱਚਿਆਂ ਨੂੰ ਉਹਨੂੰ ਕਿਹੜੀ ਸਟੇਜ ਤੇ ਯੂਜ਼ ਕਰਨਾ ਹੈ अर्ਲੀ ਸਟੇਜ ਤੇ ਵਿਚ ਵਨ ਇਜ਼ ਨਾਟ ਰਿਸਪੌਂਸਿਬਲ ਫਾਰ ਦਾ ਡਿਕਲਾਈਨਿੰਗ ਸਟੈਂਡਰਡਸ ਆਫ ਇੰਗਲਿਸ਼ ਇਨ ਦਾ ਇੰਡੀਅਨ ਸਕੂਲਸ ਹੁਣ ਜਿਹੜੇ ਇੰਡੀਅਨ ਸਕੂਲਸ ਨੇ ਉਹਨਾਂ ਦੇ ਵਿੱਚ ਜਿਹੜਾ ਇੰਗਲਿਸ਼ ਦਾ ਸਟੈਂਡਰਡ ਹੈ ਉਹਦੇ ਵਿੱਚ ਡਿਕਲਾਈਨ ਮੀਨਸ ਪਤਨ ਹੋਣ ਦਾ ਕਿਹੜਾ ਰੀਜ਼ਨ ਨਹੀਂ ਹੈ ਹੁਣ ਇੱਥੇ ਦਿਖਿਆ ਨਾ ਨਾਟ ਰਿਸਪੌਂਸੀਬਲ ਇਸ ਕਰਕੇ ਅਸੀਂ ਇਸ ਵਰਡ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਫਿਰ ਉਹਦੇ ਅਕੋਰਡਿੰਗ ਅਸੀਂ ਜਿਹੜੀਆਂ ਆਪਸ਼ਨਸ ਪੜ੍ਹਨੀਆਂ ਐ ਲੈਕ ਆਫ ਕਲੀਅਰ ਕਟ ਆਬਜੈਕਟਿਵਸ ਆਫ ਟੀਚਿੰਗ ਇੰਗਲਿਸ਼ ਇਹ ਇਹਦੇ ਵਿੱਚ ਨਹੀਂ ਇਨਵੋਲਵ ਹੋਏਗਾ ਕਿਉਂਕਿ ਸਾਨੂੰ ਪੁੱਛਿਆ ਵੀ ਨਹੀਂ ਹੈ ਨੈਕਸਟ ਹੈ ਫਾਲਟਿ ਐਗਜ਼ਾਮੀਨੇਸ਼ਨ ਐਂਡ ਈਵੈਲੂਏਸ਼ਨ ਸਿਸਟਮ ਇਹ ਵੀ ਨਹੀਂ ਹੈ ਐਕਸਲੈਂਟ ਡਿਵੋਟਡ ਐਂਡ ਕਮਿਟਡ ਟੀਚਰਸ ਨੈਕਸਟ ਹੈ ਅਨ ਹਾਈਜਨਿਕ ਫਿਜ਼ੀਕਲ ਕੰਡੀਸ਼ਨਸ ਜਿਹੜੇ ਟੀਚਰ ਨੇ ਉਹ ਡਿਵੋਟਡ ਤੇ ਕਮਿਟਿਡ ਨਹੀਂ ਹੈਗੇ ਇਸ ਕਰਕੇ ਜਿਹੜਾ ਰਾਈਟ ਆਨਸਰ ਹੈ ਉਹ ਸੀ ਹੈ ਸਾਨੂੰ ਪੁੱਛਿਆ ਗਿਆ ਸੀ ਨਾਟ ਰਿਸਪੌਂਸਿਬਲ ਕਿ ਕਿਹੜਾ ਜਿਹੜਾ ਰੀਜ਼ਨ ਆ ਉਹ ਨਹੀਂ ਹੈ ਨੈਕਸਟ ਹੈ ਦਾ ਫਰਸਟ ਸਟੈਪ ਇਨ ਇੰਗਲਿਸ਼ ਇਕੁਏਸ਼ਨ ਇਜ਼ ਹੁਣ ਜਦੋਂ ਅਸੀਂ ਇੰਗਲਿਸ਼ ਸੌਰੀ ਲੈਂਗੁਏਜ ਇਹ ਕੁਐਸਚਨ ਜਦੋਂ ਅਸੀਂ ਲੈਂਗੁਏਜ ਨੂੰ ਗ੍ਰਹਿਣ ਕਰਨਾ ਹੈ ਤਾਂ ਉਹਦੇ ਵਿੱਚ ਪਹਿਲਾ ਜਿਹੜਾ ਸਟੈਪ ਕੀ ਹੈ ਗ੍ਰਹਿਣ ਕਰਨੀ ਮੀਨਸ ਸਿੱਖਣੀ ਹੈ ਇਮਿਟੇਸ਼ਨ ਇਮਿਟੇਸ਼ਨ ਮੀਨਸ ਨਕਲ ਕਰਕੇ ਕਿਉਂਕਿ ਜਦੋਂ ਬੱਚਾ ਕੋਈ ਵੀ ਅਸੀਂ ਛੋਟੇ ਬੱਚੇ ਦੀ ਗੱਲ ਕਰਦੇ ਆ ਤਾਂ ਉਹ ਜਦੋਂ ਲੈਂਗੁਏਜ ਸਿੱਖਦਾ ਤਾਂ ਉਹ ਇਮਿਟੇਸ਼ਨ ਦੁਆਰਾ ਹੀ ਸਿੱਖਦਾ ਹੈ ਨਕਲ ਦੁਆਰਾ ਸਿੱਖਦਾ ਹੈ ਲੈਂਗੁਏਜ ਇੱਕ ਕੁਐਸਚਨ ਡਿਵਾਈਸ ਹੁਣ ਲੈਂਗੁਏਜ ਗ੍ਰਹਿਣ ਕਰਨਾ ਕਿਸ ਤਰ੍ਹਾਂ ਡਿਵਾਈਸ ਹੈ ਇਜ਼ ਅ ਕੰਪੋਨੈਂਟ ਆਫ ਨੇਟਿਵਿਸਟ ਥਿਉਰੀ ਆਫ ਲੈਂਗੁਏਜ ਦਾ ਮੋਸਟ ਇੰਪੋਰਟੈਂਟ ਫੀਚਰ ਇਨ ਡਰਾਮਾ ਇਜ਼ ਦਾ ਦਾ ਮੋਸਟ ਇੰਪੋਰਟੈਂਟ ਫੀਚਰ ਇਨ ਦਾ ਡਰਾਮਾ ਹੁਣ ਡਰਾਮਾ ਦੇ ਜਿਹੜੇ ਮੋਸਟ ਇੰਪੋਰਟੈਂਟ ਫੀਚਰ ਕੀ ਹੁੰਦੀ ਹੈ ਡਾਇਲੌਗਸ ਕਿਉਂਕਿ ਜੇ ਉਹਦੇ ਦੇਖੋ ਡਾਇਲੌਗਸ ਵਧੀਆ ਨੇ ਤਾਂ ਹੀ ਉਹਨੂੰ ਡਰਾਮਾ ਕਿਹਾ ਜਾਏਗਾ ਤਾਂ ਹੀ ਡਰਾਮਾ ਵਧੀਆ ਫੇਮਸ ਹੋਏਗਾ ਨੈਕਸਟ ਹੈ ਵਿਚ ਇਜ਼ ਦਾ ਲੀਸਟ ਕਾਮਨ ਪ੍ਰੋਸੈਸ ਆਫ ਵਰਡ ਫਾਰਮੇਸ਼ਨ ਇਨ ਇੰਗਲਿਸ਼ ਲੀਸਟ ਕਾਮਨ ਮੀਨਸ ਘੱਟ ਕਾਮਨ ਵਰਡ ਫਾਰਮੇਸ਼ਨ ਇਨ ਇੰਗਲਿਸ਼ ਜਿਹੜੀ ਇੰਗਲਿਸ਼ ਦੇ ਵਿੱਚ ਵਰਡ ਫਾਰਮੇਸ਼ਨ ਕਰਨੀ ਹੈ ਸ਼ਬਦ ਜੋੜ ਸ਼ਬਦ ਬਣਾਉਣੇ ਕੋਇਨੇਜ கரੈਕਟ ਪ੍ਰੋਨਨਸੀਏਸ਼ਨ ਆਫ ਇੰਡੀਵਿਜੁਅਲ ਸਾਊਂਡਸ ਇਜ਼ ਰਿਲੇਟਡ ਟੂ கரੈਕਟ ਪ੍ਰੋਨਨਸੀਏਸ਼ਨ ਆਫ ਇੰਡੀਵਿਜੁਅਲ ਸਾਊਂਡਸ ਇਜ਼ ਰਿਲੇਟਡ ਟੂ ਐਕੂਰੇਸੀ ਐਕੂਰੇਸੀ ਹੁੰਦਾ ਸ਼ੁੱਧਤਾ ਅਲੋਂਗ ਵਿਦ ਬੇਸਿਕ ਲੈਂਗੁਏਜ ਸਕਿਲਸ ਜਿਵੇਂ ਕਿ ਲਿਸਨਿੰਗ ਸਪੀਕਿੰਗ ਰੀਡਿੰਗ ਐਂਡ राइटिंग लिटरेचर मेक्स एन इंपोर्टेंट कंट्रीब्यूशन इन अदर एरियाज ऑफ लैंग्वेज इंक्लूड्स वर्ड मीनिंग एंड ग्रामर सेकंड है एक्सप्रेशन एंड क्रिएटिव राइटिंग द राइट ऑप्शन इज सी दोमे चीजें है दी बीच इनवॉल्वड ने इंक्लूड हो रही है ने व्हिच मेथड ऑफ टीचिंग ग्रामर प्रोवाइड्स इनफ पैटर्न प्रैक्टिस दैट अल्टीमेटली लीड्स टू इंसिडेंटल लर्निंग इंडक्टिव मैथड नैक्सट है द मोस्ट स्टेबल फीचर ऑफ अ लैंग्वेज इट्स साउंडस द मोस्ट स्टेबल फीचर ऑफ अ लैंग्एज हूँ किसी भी लैंग्वेज स्टेबल फीचर है साउंडस साउंडस मीनस वोदिया दुनिया नैक्सट है दैट द सेम वर्ड चेंजस द मीनिंग ऑफ द वर्ड इफ अटर डिफरेंटली refers to which level of meaning of words international meaning hun kai var assi dekho shabd da ucharan karde ha ohdi je pronunciation hundi hai ta ohde vich word changes the meaning of the word ta ohde nal jeha word da meaning ho change ho janda jadon assi shabd nu pronounce karde ha ta innu assi kehneya intonational meaning all normal living human beings are and of bar with some innate internal capacity for language a question that other animals do not have for the assumption of norm chomsky hun norm chomsky di ki assumption hai kehdi dharana si ke jehde human beings ne ohna de vich jehdi language learn karan di capacity hundi hai jarke animals de vich nahi hundi next which of the following is the sub skill involved in listening पूछेगा भी के रहें के रहें। स्किल्स ने वो इवॉल्वड ने सब स्किल्स आइडेंटिफिकेशन और डिकोडिंग साउंड ये भी है अंडरसटैंडिंग सिस्टेनिक पैटर्नस और स्ट्रक्चरस ये आइडेंटिफाइंग इनफॉर्मेन इमोशनल एंड एटीट्यूडनल टोन ये भी है, है। इस करके राइट ऑप्शन है ऑल ऑफ द अवब इन ऑर्डर टू तो मेक इवेल्यूएशन एंड एनेबलिंग फैक्टर फॉर लर्निंग rather than an important sorry impediment ongoing assessment should document a learner's progress through portfolio mode means بچے ਜਿਹੜੀ uh, evaluation ਹੈ ਜਦੋਂ ਕਰਨੀ ਹੈ ਤਾਂ portfolio mode ਦੇ ਨਾਲ ਕੀਤੀ ਜਾਣੀ ਚਾਹੀਦੀ ਹੈ next there is at least one characteristics that is common to every successful language learning experience we have ever known and that the learner is exposed one way as another to an adequate amount of the data of the language to be learned these are the views of ek ide vichar ne rudolph the dear students me ummeed karde ha ki video tade layi helpful rahegi thank you